ਪਿੰਡ ਸ਼ੇਰਪੁਰ ਕਲਾਂ ਦੇ ਅਧਿਆਪਕ ਤੇ ਲੱਗੇ ਬਲਾਤਕਾਰ ਦੇ ਦੋਸ਼ ਪਿੰਡਾਂ ਦੀਆਂ ਪੰਚਾਇਤਾਂ ਨੇ ਸਕੂਲ ਦੇ ਮੇਨ ਗੇਟ ਨੂੰ ਬੰਦ ਕਰਕੇ ਕੀਤੀ ਨਾਅਰੇਬਾਜ਼ੀ। ਮਾਸਟਰ ਖਿਲਾਫ਼ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਾਰਵਾਈ ਕਰਨ ਦੀ ਕੀਤੀ ਮੰਗ। ਸਕੂਲ 'ਚ ਪੜ੍ਹਦੇ ਬੱਚੇ ਦਾ ਅਸਲੀ ਮਾਂ ਪਿਓ ਅਤੇ ਗੁਰੂ ਸਕੂਲ ਦੇ ਅਧਿਆਪਕ ਹੀ ਹੁੰਦੇ ਹਨ, ਜਿੱਥੇ ਬੱਚੇ ਨੇ ਆਪਣੇ ਭਵਿੱਖ ਤੈਅ ਕਰਨਾ ਹੁੰਦਾ। ਪਰ ਜੇ ਗੁਰੂ ਹੀ ਆਪਣੇ ਸਕੂਲ 'ਚ ਪੜ੍ਹਦੇ ਬੱਚਿਆਂ ਨਾਲ ਇਹ ਮਾੜੀ ਆਖੀ ਰੱਖ ਲੈਣ ਤਾਂ ਇਸ ਤੋਂ ਹੋਰ ਸ਼ਰਮਨਾਕ ਘਟਨਾ ਕੀ ਹੋ ਸਕਦੀ। ਅਜਿਹਾ ਇੱਕ ਮਾਮਲਾ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਦੇਖਣ ਨੂੰ ਮਿਲਿਆ। ਪੱਤਰਕਾਰਾਂ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਗੇਟ ਬੰਦ ਕਰਕੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਇਹ ਆਖ ਕੇ ਕਿ ਇੱਕ ਸਕੂਲ ਦੇ ਮਾਸਟਰ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰ ਰਹੀਆਂ ਸਨ। ਅੱਜ ਦੀ ਆਵਾਜ਼ ਲਈ ਭੁੰਦੜੀ ਸਿੰਧਵਾ ਵੇਟ ਤੋਂ ਮਣੀ ਰਸੂਲਪੁਰੀ ਦੀ ਰਿਪੋਰਟ। ਅਸੀਂ ਨੀ ਕਿਹਾ, ਕੁੜੀ ਨੇ ਸਾਡੇ ਸਾਹਮਣੇ ਕਿਹਾ ਪੰਚਾਇਤਾਂ। ਕੁੜੀ ਮੰਨ ਚੁੱਕੀ ਆ? ਹਾਂ ਠੀਕ ਹੈ, ਲੜਕੀ ਮੰਨ ਚੁੱਕੀ ਵੀ ਮੇਰੇ ਨਾਲ ਜੋ ਹੋਇਆ ਗਲਤ ਹੋਇਆ। ਨਿਰਮਲ ਸਿੰਘ ਜਿਹੜਾ ਐਸਆਈ ਉਹਦੇ ਸਾਹਮਣੇ ਕੁੜੀ ਨੇ ਬਿਆਨ ਦਿੱਤਾ, ਗੱਲ ਕਲਾਂ ਜੀ ਜਿੱਥੇ ਲੈ ਕੇ ਗਏ ਆ ਮੈਨੂੰ ਉਹ ਵੀ ਦੱਸਿਆ ਉਹਨੇ ਕੁੜੀ ਨੇ। ਲੜਕੀ ਨੂੰ ਅਲੱਗ ਆ ਜੀ? ਕੌਣ ਗਲ ਪਿਆ ਜੀ? ਜਸਪਾਲ ਸਿੰਘ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਜੀ? ਪ੍ਰਸ਼ਾਸਨ ਤੋਂ ਨਹੀਂ, ਅਸੀਂ ਪਹਿਲਾਂ ਤਾਂ ਜਿਹੜਾ ਡੀਓ ਸਾਹਿਬ ਨਾਲ ਅਸੀਂ ਗੱਲ ਕਰਕੇ ਇਹਨਾਂ ਨੂੰ ਸਸਪੈਂਡ ਕਰਾਇਆ ਕਰਨਾ ਵਾ। ਠੀਕ ਹੈ, ਉਹ ਤੋਂ ਬਾਅਦ ਅਸੀਂ ਦੇਖਾਂਗੇ, ਉਹ ਤੋਂ ਬਾਅਦ ਸਰਕਾਰ ਆ ਜੋ ਕਰੂਗੀ ਅਗਲੀ ਕਾਰਵਾਈ, ਅਸੀਂ ਉਹਦੇ ਨਾਲ। ਜਿਵੇਂ ਕੱਲ ਤੁਸੀਂ ਕਿਹਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਪੁਲਿਸ ਤੇ ਦੋਸ਼ ਵੀ ਲਾਇਆ ਪੈਸੇ ਮਿਲਣ ਦਾ, ਵੀ ਜੇ ਪੁਲਿਸ ਹੁਣ ਵੀ ਇਨਸਾਫ ਨਹੀਂ ਦੀ ਫੇਰ ਕੀ? ਨਹੀਂ, ਪੁਲਿਸ ਦਾ ਐ ਨਹੀਂ ਹੈ ਜੀ, ਪੁਲਿਸ ਦਾ ਐ ਆ ਵੀ ਜੇ ਉਹ ਬਿਆਨ ਦਿੰਦੀ, ਹੁਣ ਟੀਚਰ ਅਸੀਂ ਗ੍ਰਿਫਤਾਰ, ਟੀਚਰ ਉਹਨੇ ਸਾਰੇ ਹੀ ਜਾ ਚੱਕਿਆ, ਉਹ ਚੱਕ ਨਹੀਂ ਸਕਦੇ ਸੀ ਵੈਸੇ ਉਹ। ਠੀਕ ਆ, ਸਾਡੇ ਕਹਿਣ ਤੇ ਉਹ ਚੱਕੇ ਆ ਉਹਨਾਂ ਨੇ, ਚੱਕੇ ਉੱਥੇ ਬਿਠਾਈ ਰੱਖਿਆ ਸਾਰੀ। ਪਰ ਹੁਣ ਜੇ ਬਿਆਨ ਦੋਨੇ ਕੁੜੀ ਦਾ ਜਾਂ ਕੁੜੀ ਦਾ ਪਿਓ ਦਵੇ ਬਿਆਨ, ਫਿਰ ਹੀ ਉਹ ਕਾਰਵਾਈ ਹੋ ਗਈ ਲਿਖਣ। ਇਕੱਠੇ ਹੋਏ ਆ ਵੀ ਜਿਹੜੇ ਮਾਸਟਰ ਆ ਉਹਨਾਂ ਨੂੰ ਬਰਖਾਸਤ ਹੀ ਕੀਤਾ ਜਾਵੇ, ਜਮਾ ਹੀ ਉਹਨੇ ਨੌਕਰੀ ਨਹੀਂ ਦੇ ਦਿੱਤੀ। ਸਕੂਲ ਚੱਲਦਾ, ਸਾਨੂੰ ਸਟੇਟ ਅਵਾਰਡ ਮਿਲ ਰਿਹਾ, ਦੂਜੇ ਪਾਸੇ ਬੱਚਿਆਂ ਨਾਲ ਸਾਡੇ ਨਾਂ ਹੋ ਰਿਹਾ। ਉਹਨਾਂ ਟੀਚਰਾਂ ਨਾਂ ਲਓ ਜੀ ਇੱਕ ਵਾਰ, ਨਾਂ ਲਿਓ ਮਾੜਾ ਜਿਹਾ। ਮੇਨ ਹੈਗਾ ਜੀ ਮਨਦੀਪ ਸਿੰਘ, ਮਨਦੀਪ ਸਿੰਘ ਆ ਜਿਹੜਾ ਮੇਨ ਆ, ਕਿੱਥੋਂ ਜੀ? ਜਗਰਾਓ ਰਹਿੰਦਾ, ਜਗਰਾਓ ਦਾ ਰਹਿਣ ਵਾਲਾ। ਠੀਕ ਹੈ ਜੀ। ਇੱਕ ਉਹਦਾ ਭਰਾਵਾ ਕਮਲਜੀਤ ਜਿਹੜਾ ਉਹਨੂੰ ਪ੍ਰੋਟੈਕਟ ਕਰ ਰਿਹਾ, ਇੱਕ ਮਾਸਟਰ ਹੋਰ ਆ ਜਿਹਨੂੰ ਇਹ ਗੱਲ ਦਾ ਪਤਾ ਸੀ ਪਰ ਉਹਨੇ ਗਲਤ ਕੰਮ ਨਹੀਂ ਕੀਤਾ। ਤਿੰਨ ਜਣੇ ਉਹ ਜਾਣਕਾਰ ਆ। ਕਿਹੜੇ ਸਬਜੈਕਟ ਪੜ੍ਹਾਉਂਦੇ ਸੀ ਉਹ? ਉਹ ਕੰਪਿਊਟਰ 'ਚ ਲੈਬ 'ਚ ਸੀਗੇ ਜੀ, ਇੱਕ BLO ਲਾਇਬ੍ਰੇਰੀ। ਠੀਕ ਹੈ, ਠੀਕ ਹੈ, ਠੀਕ ਹੈ ਸਰ। ਬੜੀ ਮੰਦਭਾਗੀ ਘਟਨਾ, ਸਾਡੇ ਕੋਲ ਸ਼ਬਦ ਨਹੀਂ ਹੈਗੇ ਦੱਸਣ ਨੂੰ, ਅਸੀਂ ਕੀ ਦੱਸੀਏ। ਘਟਨਾ ਕੋਈ ਇੱਕ ਦਾ ਕਰਮਚਾਰੀ ਕਰਦਾ ਹੈ, ਲੇਕਿਨ ਉਹਦੇ ਲਈ ਸ਼ਰਮਸ਼ਾਰ ਸਾਰਾ ਜਿਹੜਾ ਸਾਡਾ ਸਿਸਟਮ ਆ, ਤਾਣਾ ਬਾਣਾ, ਜਿੰਨੇ ਸਾਰੇ ਅਸੀਂ ਸਿਸਟਮ ਨਾਲ ਜੁੜੇ ਹੋਏ ਹਾਂ, ਸਾਨੂੰ ਬੜੀ ਸ਼ਰਮਿੰਦਗੀ ਹੋ ਰਹੀ ਆ। ਨਗਰ ਨਿਵਾਸੀ ਖੜ੍ਹੇ ਨੇ, ਇਹਨਾਂ ਦੀਆਂ ਧੀਆਂ ਭੈਣਾਂ ਸਾਡੀਆਂ ਧੀਆਂ ਭੈਣਾਂ ਇੱਕੋ ਹੀ ਨੇ, ਬੜਾ ਵਿਸ਼ਵਾਸ ਕਰਕੇ ਸਾਡੇ 'ਤੇ ਭੇਜਦੇ ਨੇ। ਜੇ ਕੋਈ ਸਾਡੇ ਵਿੱਚੋਂ ਕੋਈ ਅਨਸਰ ਇਹੋ ਜਿਹੀ ਹਰਕਤ ਕਰਦਾ
ਤਾਂ ਫਿਰ ਉਹ ਗੁਰੂ ਦਾ ਦਰਜਾ ਵੀ ਨਹੀਂ ਰਹਿੰਦਾ, ਮਾਂ ਬਾਪ ਦਾ ਦਰਜਾ ਵੀ ਨਹੀਂ ਰਹਿੰਦਾ, ਅਤੇ ਇਹੋ ਜਿਹੇ ਕਰਮਚਾਰੀ ਨੂੰ ਰਹਿਣ ਦਾ ਇੱਥੇ ਕੋਈ ਅਧਿਕਾਰ ਨਹੀਂ ਹੈ। ਤੁਸੀਂ ਆਪਣੇ ਸਕੂਲ ਵੱਲੋਂ ਕੋਈ ਸ਼ਿਕਾਇਤ ਦਿੱਤੀ ਹੋਈ ਦਾਇਰ ਉਸ ਦੇ ਖਿਲਾਫ? ਕਿਹਦੇ ਖਿਲਾਫ ਜੀ? ਜਿਹੜੇ ਟੀਚਰ ਨੇ ਨਹੀਂ ਹਰਕਤ ਕੀਤੀ, ਕਿਉਂਕਿ ਮੈਨੇਜਮੈਂਟ ਆ ਤੁਹਾਡਾ ਸਕੂਲ ਮੈਨੇਜਮੈਂਟ ਆ, ਮੈਨੇਜਮੈਂਟ ਕਾਰਵਾਈ ਕਰਵਾ ਸਕਦੇ ਉਸ ਟੀਚਰ 'ਤੇ? ਦੇਖੋ, ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਇਨਫੋਰਮ ਕਰਤਾ ਇਸ ਘਟਨਾ ਬਾਰੇ ਲਿਖਤੀ ਤੌਰ 'ਤੇ। 19 ਤਰੀਕ ਨੂੰ ਅਸੀਂ ਕਾਰਵਾਈ ਸ਼ੁਰੂ ਕੀਤੀ, 19 ਨੂੰ ਉਹਨਾਂ ਨੂੰ ਜਾਣਕਾਰੀ ਦਿੱਤੀ, ਉਹਨਾਂ ਨੇ 21 ਤਰੀਕ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ, 10 ਦਿਨ ਹੋ ਗਏ, ਉਹਨਾਂ ਦੀ ਕਾਰਵਾਈ ਚੱਲ ਰਹੀ ਆ, ਬਿਆਨ ਸਾਰੇ ਹੋ ਗਏ, ਔਰ ਅੱਜ ਰਿਪੋਰਟ ਜਿਹੜੀ ਆ ਉਹ ਡੀਪੀਆਈ ਦਫ਼ਤਰ ਤੱਕ ਚਲੀ ਜਾਣੀ ਚੰਡੀਗੜ੍ਹ, ਅਤੇ ਹੋ ਸਕਦਾ ਅਗਲੇ 2-3 ਦਿਨ ਵਿੱਚ ਕੋਈ ਨਾ ਕੋਈ ਕਾਰਵਾਈ ਉਹਨਾਂ ਦੇ ਖਿਲਾਫ਼ ਹੋਵੇ ਜੀ। ਇਸ ਦਾ ਨਾਮ ਕੀ ਸੀ ਟੀਚਰ ਦਾ ਜੀ, ਪਤਾ ਕੁਛ? ਮਨਦੀਪ ਸਿੰਘ। ਮਨਦੀਪ ਸਿੰਘ ਜੀ ਗਰਾਊਂਡ ਦੇ ਰਹਿਣ ਵਾਲੇ ਆ ਜੀ। ਕਿਹੜੇ ਸਬਜੈਕਟ ਨੂੰ ਮਰੀਨ ਗਾਰਡ ਪੜ੍ਹਾ ਰਹੇ ਸੀ? ਇਹਨਾਂ ਦਾ ਸਬਜੈਕਟ ਕੋਈ ਨਹੀਂ ਹੈ ਜੀ, ਇਹ ਮਤਲਬ ਕਿ ਨੋਨ ਟੀਚਿੰਗ ਵਿਸ਼ਾ ਹੁੰਦਾ। ਜਿਸ ਤਰ੍ਹਾਂ ਲਾਇਬ੍ਰੇਰੀ ਵਿੱਚ ਆਪਾਂ ਇੱਕ ਪੋਸਟ ਹੁੰਦੀ ਆ ਲਾਇਬ੍ਰੇਰੀ ਰੀਸਟੋਰਰ ਜੀ, ਉਹਨਾਂ ਨੇ ਕਿਤਾਬਾਂ ਇਸ਼ੂ ਕਰਨੀਆਂ ਬੱਚਿਆਂ ਨੂੰ, ਕਿਤਾਬਾਂ ਵਾਪਸ ਲੈਣੀਆਂ ਤਾਂ ਕਿ ਬੱਚਿਆਂ ਨੂੰ ਉਹਨਾਂ ਦੇ ਗਿਆਨ 'ਚ ਵਾਧਾ ਹੋ ਸਕੇ, ਕਿਤਾਬਾਂ ਕਿਤੁਬਾਂ ਇਸ਼ੂ ਕਰਨੀਆਂ, ਅਤੇ ਇਹ ਕੰਮ ਆ ਜੀ। ਕਿੰਨਾ ਟਾਈਮ ਹੋ ਗਿਆ ਸਕੂਲ ਦੇ ਵਿੱਚ ਆਏ ਨੂੰ? ਉਹਨਾਂ ਨੂੰ 10 ਸਾਲ ਹੋ ਗਏ, 2012 ਜੀ। ਨਹੀਂ ਉਹ ਜਗਰਾਉਂਦੇ? ਨਹੀਂ ਹੈ ਤਾਂ ਜਗਰਾਉਂਦੇ ਸਕੂਲ ਸ਼ੇਰਪੁਰ ਕਲਾਂ 'ਚ ਹੈ, 10 ਸਾਲ ਹੋ ਗਏ। ਹਾਂਜੀ 10 ਸਾਲ। ਪਹਿਲਾਂ ਕਿਤੇ ਹੋਰ ਪੜ੍ਹਾਉਂਦੇ ਸੀ? ਨਹੀਂ ਪਹਿਲੀ ਸਰਵਿਸ ਵੀ ਇੱਥੇ ਦੀ। ਪਹਿਲੀ ਸਰਵਿਸ ਵੀ ਇੱਥੇ ਦੀ। ਉਹਨਾਂ ਨੇ ਕਈ ਵਾਰੀ ਹਰਕਤਾਂ ਤੋਂ ਬੰਦੇ ਦੀਆਂ ਪਤਾ ਲੱਗ ਜਾਂਦਾ, ਕੋਈ ਪਹਿਲਾਂ ਕੰਪਲੇਂਟ ਤੁਹਾਡੇ ਕੋਲ ਆਈ ਹੋਈ ਇਸ ਖਿਲਾਫ਼? ਨਹੀਂ ਕੋਈ ਕੰਪਲੇਂਟ ਨਹੀਂ ਆਈ ਹੈਗੀ ਜੀ। ਦੇਖੋ ਜਿੱਥੋਂ ਤੱਕ ਸਕੂਲ ਦਾ ਸੰਬੰਧ ਹੈ, ਸਕੂਲ ਦੇ ਵਿੱਚ ਉਹ ਜ਼ਰੂਰ ਆਪਣਾ ਕੰਮ ਕਰਦੇ ਸੀਗੇ ਸਮੇਂ ਸਿਰ ਆਉਣੇ। ਇੱਕ ਮੁਲਾਜ਼ਮ ਦਾ ਇਹ ਹੁੰਦਾ ਸਮੇਂ ਸਿਰ ਆਵੇ, ਸਮੇਂ ਸਿਰ ਜਾਵੇ, ਆਪਣਾ ਕੰਮ ਕਰੇ, ਅਤੇ ਜੋ ਮੁਖੀ ਨੇ ਕੰਮ ਦਿੱਤਾ ਉਹਨੂੰ ਲਗਨ ਨਾਲ ਮਿਹਨਤ ਨਾਲ ਕਰੇ, ਉਹ ਕੰਮ ਉਹ ਕਰਦਾ ਸੀ। ਲਾਸਟ ਵਿੱਚ ਕਿਵੇਂ ਵੇਖਦੇ ਹੋ ਇੱਕ ਟੀਚਰ ਨੂੰ ਗੁਰੂ ਮੰਨਿਆ ਜਾਂਦਾ, ਗੁਰੂ ਦਾ ਦਰਜਾ ਦਿੱਤਾ ਜਾਂਦਾ ਮਾਂ ਬਾਪ ਤੋਂ ਬਾਅਦ? ਟੀਚਰ ਹੀ ਗੁਰੂ ਹੁੰਦਾ ਜਿਹੜਾ ਬੱਚਿਆਂ ਨੂੰ ਸਿੱਧ ਪਾਉਂਦਾ, ਪਰ ਗੁਰੂ ਵੱਲੋਂ ਨੀਚ ਹਰਕਤਾਂ ਕਰਨੀਆਂ ਬਹੁਤ ਗਲਤ ਗੱਲ ਆ ਜੀ। ਬਹੁਤ ਅਸੀਂ ਇਹਦੀ ਨਿੰਦਾ ਕਰਦੇ ਹਾਂ। ਗੁਰੂ ਦਾ ਦਰਜਾ ਬਹੁਤ ਪਵਿੱਤਰ ਮੰਨਿਆ ਗਿਆ, ਅਸੀਂ ਵੀ ਪੜ੍ਹਾਈ ਕੀਤੀ, ਅੱਜ ਵੀ ਆਪਣੇ ਟੀਚਰਾਂ ਦਾ ਸਤਿਕਾਰ ਕਰਦੇ ਹਾਂ। ਉਹ ਸਤਿਕਾਰ ਇਸ ਕਰਕੇ ਹੁੰਦਾ ਕਿ ਅਸੀਂ ਬੱਚਿਆਂ ਲਈ ਕੁਛ ਕਰਦੇ ਹਾਂ। ਜੇ ਗੁਰੂ ਹੀ ਜਿਹੜਾ ਇਸ ਵਾਲਾ ਬਣ ਜਾਵੇ ਤਾਂ ਫਿਰ ਉਹਦੇ ਲਈ ਗੁਰੂ ਕਹਾਉਣ ਦਾ ਵੀ ਹੱਕ ਨਹੀਂ ਹੈ, ਕੋਈ ਸਮਾਜ ਵਿੱਚ ਵੀ ਉਹਦੇ ਲਈ ਕੋਈ ਥਾਂ। ਜਿਹੜੀ ਲੜਕੀ ਨਾਲ ਨਹੀਂ ਚੜ੍ਹ ਕੇ ਤੁਸੀਂ ਉਸ ਲੜਕੀ ਨਾਲ ਕਦੇ ਮਿਲੇ ਹੋ ਜਾਂ ਉੱਥੇ ਗੱਲਬਾਤ ਕੀਤੀ ਹੋਵੇ ਬੈਠ ਕੇ? ਮੈਂ ਕੱਲ੍ਹ ਹੀ ਪਹਿਲੀ ਵਾਰ ਮਿਲਿਆ ਉਸ ਲੜਕੀ ਨੂੰ, ਪਹਿਲੀ ਵਾਰ ਮਿਲਿਆ ਉਸ ਲੜਕੀ ਨੂੰ ਦੱਸਿਆ ਵੀ ਮੇਰੇ ਨਾਲ ਨਹੀਂ ਚੜ੍ਹ ਕੇ ਤੋਈ ਹੈ। ਬਿਲਕੁਲ ਦੱਸਿਆ ਜੀ, ਮੇਰੇ ਸਾਹਮਣੇ ਬਿਆਨ ਹੋਏ ਆ ਜੀ ਉਹਨਾਂ ਦੇ, ਸਭ ਚਾਰੇ ਪੰਚਾਇਤਾਂ 'ਤੇ ਮੈਂ ਵੀ